ਮੇਰਾ ਨਾਮ ਅਸ਼ਦੀਪ ਸ਼ਰਮਾ, ਮੈਂ ਬਰਗਾੜੀ ਤੋਂ ਬਿਲੋਂਗ ਕਰਦਾਗਾ ਤੇ ਬੀਟੈਕ ਕਰਕੇ ਆਇਆਗਾ। ਮੇਰਾ ਨਾਮ ਕਲਬੀਰ ਸਿੰਘ, ਮੈਂ ਬੰਬੀਆ ਭਾਈ ਤੋਂ ਬਿਲੋਂਗ ਕਰਦਾ ਤੇ ਮੈਂ ਬੀਟੈਕ ਕੀਤੀ ਹੋਈ ਹੈ। ਮੇਰਾ ਨਾਮ ਬਲਕਰਨ ਸਿੰਘ ਹੈ, ਮੈਂ ਗਰੀ ਦੇਵੀ ਨਗਰ ਤੋਂ, ਮੈਂ BSc ਨੇ ਸਾਇੰਸ ਕੀਤੀ ਹੋਈ ਹੈ। ਅਸੀਂ ਬੀਟੈਕ ਆਫਟਰ ਬੀਟੈਕ ਮੈਂ ਬਹੁਤ ਸਾਰੀਆਂ ਜੋਬ ਵੇਖੀਆਂ ਤੇ ਇੰਟਰਵਿਊ ਵੀ ਦਿੱਤੀਆਂ, ਪਰ ਸਾਨੂੰ ਕਿਤੇ ਵੀ ਵਧੀਆ ਨਹੀਂ ਲੱਗਿਆ ਗਾ ਤੇ ਜਿੱਥੇ ਵੀ ਜਾਂਦੇ ਸੀਗੇ ਫੀਲਡ ਵਰਕ ਮਿਲਦਾ ਸੀਗਾ ਤੇ ਉਸ ਤੋਂ ਅਲੱਗ ਕੋਈ ਸਾਨੂੰ ਦਿੰਦਾ ਹੀ ਨਹੀਂ ਸੀਗਾ ਜੋਬ ਵੀ ਫਰੈਸ਼ਰ ਹੋਣ ਕਰਕੇ। ਬਾਕੀ ਨੌਲੇਜ ਬੇਸ ਤੇ ਵੀ ਸਾਨੂੰ ਫਿਰ ਅਸੀਂ ਸਟ੍ਰੀਮ ਚੇਂਜ ਕਰਨ ਬਾਰੇ ਸੋਚਿਆ ਤੇ ਅਸੀਂ ਫਿਰ ਆਨਲਾਈਨ ਸਰਚ ਕੀਤਾ ਕਿ ਕਿਹੜਾ ਸਾਨੂੰ ਇੰਸਟੀਚਿਊਟ ਜੋ ਪ੍ਰੋਵਾਈਡ ਕਰ ਸਕਦਾ। ਅਸੀਂ ਅਕਾਊਂਟੈਂਟ ਕਰਨ ਬਾਰੇ ਸੋਚਿਆ ਸਟ੍ਰੀਮ ਚੇਂਜ ਕਰਨ ਤੋਂ ਬਾਅਦ, ਤੇ ਅਸੀਂ ਵੇਖਿਆ ਕਿ ਗੁਰੂਕਲ ਇਨਫੋ ਸਿਸਟਮ ਬਠਿੰਡਾ ਜੋ ਕਿ ਜੋ ਕਿ ਉਹਨਾਂ ਦੇ ਰਿਵਿਊ ਬਹੁਤ ਵਧੀਆ ਆ ਰਹੇ ਸੀਗੇ ਤੇ ਅਸੀਂ ਇਹਨਾਂ ਦੇ ਇੱਕ ਦੋ ਦਿਨਾਂ ਲਈ ਡੈਮੋ ਕਲਾਸਿਸ ਲਈਆਂ ਤੇ ਸਾਨੂੰ ਡੈਮੋ ਕਲਾਸਿਸ ਤੋਂ ਪਤਾ ਲੱਗਿਆ ਕਿ ਇੱਥੋਂ ਦੀ ਫੈਸਿਲਿਟੀਜ਼ ਬਹੁਤ ਵਧੀਆ, ਇੱਥੋਂ ਦੇ ਜੋ ਸਟਾਫ ਹੈ ਉਹ ਬਹੁਤ ਵਧੀਆ ਨੇ ਔਰ ਉਹਨਾਂ ਦੀ ਸਕਿੱਲਸ ਬਹੁਤ ਵਧੀਆ ਨੇ। ਇੱਥੇ ਆ ਕੇ ਇੰਸਟੀਚਿਊਟ 'ਚ ਆ ਕੇ ਟ੍ਰੇਨਿੰਗ ਸਟਾਰਟ ਕੀਤੀ, ਆਫਟਰ 4 ਮੰਥ ਅਸੀਂ ਟ੍ਰੇਨਿੰਗ ਕੰਪਲੀਟ ਕਰ ਲਈ ਔਰ ਟ੍ਰੇਨਿੰਗ ਅੰਡਰ ਸਾਡੀ ਟ੍ਰੇਨਿੰਗ ਅੰਡਰ ਹੀ ਮਿਲ ਗਈ ਹੈ ਸਾਨੂੰ ਜੋਬ ਪਲੇਸਮੈਂਟ ਹੋ ਚੁੱਕੀ ਹੈ। ਅਕਾਊਂਟੈਂਟ ਐਜ਼ ਆ ਅਕਾਊਂਟੈਂਟ ਵਿਕਾਸ ਇੰਡਸਟਰੀ 'ਚ ਅੱਜ ਮੈਨੂੰ ਜੋਬ ਮਿਲ ਚੁੱਕੀ ਹੈਗੀ। ਮੈਂ ਸੀਨੀਅਰ ਅਕਾਊਂਟੈਂਟ ਮਾਲਵਾ ਮੋਟਰਸ ਦੇ ਅਕਾਊਂਟੈਂਟ ਹੀ, ਮੈਨੂੰ ਬਿਗ ਬ੍ਰਾਂਚ ਦੇ ਵਿੱਚ ਅਕਾਊਂਟੈਂਟ ਦੀ ਜੋਬ ਮਿਲੀ ਹੋਈ ਹੈ। ਮੇਰਾ ਸਾਰਿਆਂ ਨੂੰ ਇਹੀ ਸੰਦੇਸ਼ ਹੈ ਜੋ ਘਰ ਬੈਠੇ ਨੇ ਬੇਰੁਜ਼ਗਾਰ ਨੇ ਜੋ BA BTECH ਕਰ ਚੁੱਕੇ ਨੇ ਕਿ ਉਹਨਾਂ ਨੇ ਉਹਨਾਂ 'ਚ ਹਰੇਕ ਤਰ੍ਹਾਂ ਦੀ ਸਕਿੱਲਸ ਹੈ, ਉਹ ਇੱਕ ਵਾਰ ਗੁਰੂਕੁਲ ਵਿਜ਼ਿਟ ਕਰਨ ਇੱਥੇ ਆ ਕੇ ਦੇਖਣ ਵੀ ਕਿਸ ਤਰ੍ਹਾਂ ਦੇ ਸਟੱਡੀ ਕਰਵਾਈ ਜਾ ਰਹੀ ਹੈ, ਕਿਸ ਤਰ੍ਹਾਂ ਸਕਿੱਲਸ ਦਿੱਤੀਆਂ ਜਾ ਰਹੀਆਂ ਇੰਨੀਆਂ ਵਧੀਆ, ਤਾਂ ਉਹ ਜ਼ਰੂਰ ਉਹਨਾਂ ਦੀ ਪਲੇਸਮੈਂਟ ਵਿਦ ਇਨ ਕੋਰਸ ਉਹਨਾਂ ਦੀ ਪਲੇਸਮੈਂਟ ਹੋ ਜਾਵੇਗੀ, 100% ਹੋਵੇਗੀ। ਥੈਂਕਸ ਟੂ ਗੁਰੂਕੁਲ।